ਪਰਮ ਸਤਿਕਾਰਯੋਗ 사ਸੰਗੇ ਜੀ ਰਸਨਾ ਪਵਿੱਤਰ ਕਰ ਲਈ ਤੇ ਆਖੀ ਢਾਂਸੀ ਸਾਧਗੁਰੂ ਜਗਜੀਤ ਸਿੰਘ ਜੀ 사ਸੰਗੇ ਜੀ ਸਾਖੀ ਹੈ ਲਿਖਤਮ ਅਰੂੜ ਸਿੰਘ ਤੂ ਬਲਿਆ ਪੁੱਛਿਆ ਏ ਤੇ ਸੁਣ ਮੈਂ ਸੰਤ ਹਜ਼ੂਰਾ ਸਿੰਘ ਪੂਰੀ ਵਾਲਿਆ ਤੋਂ ਭਜਨ ਪੁੱਛਿਆ ਸੀ ਪਿੰਡ ਰਹੰਦਿਆ ਕੁ ਸੰਗਤ ਦੇ ਟਹੇ ਚਾੜ ਸ਼ਰਾਪੀਣੀ ਸ਼ੁਰੂ ਕਰ ਦਿੱਤੀ ਕਪੜੇ ਕਦੇ ਨਾਮ ਧਾਰੀਆਂ ਵਾਲੇ ਪਾ ਲੈਣੇ ਕਦੇ ਚਾਦਰਾਂ ਬਨ ਲੈਣਾ ਪਾਕਿਸਤਾਨ ਬੜਨ ਤੇ ਸੂਰ ਸਿੰਘ ਦੇ ਮੁਸਲਮਾਨ ਕੁਝ ਕੱਟੇ ਵੱਡੇ ਗਏ ਕੁਝ ਪਾਕਿਸਤਾਨ ਚਲੇ ਗਏ ਮੈਂ ਆਪਣੇ ਘਰ ਦੇ ਨਾਲ ਲੱਗਦੇ ਕੋਠੇ ਮਠਲਿਆ ਦੇ ਬੂਹੇ ਬਾਰੀਆਂ ਉਖੇੜ ਲੈ ਕੱਚੇ ਬਣੇ ਕੋਠੇ ਟਾ ਮੁਹੱਲਾ ਸਾਫ਼ ਕਰ ਲਿਆ ਸਬਾਬ ਨਾਲ ਮੇਰੇ ਘਰ ਦਾ ਬੂਹਾ ਇਸੇ ਹੀ ਵੇਲੇ ਇਸੇ ਹੀ ਇਸੇ ਹੀ ਵੇਲੇ ਹੋਏ ਚੋਗਾਨਵਲ ਖੁੱਲਦਾ ਸੀ ਮੇਰੇ ਮੁਖਾਲਫਾ ਨੇ ਮੇਰੇ ਖਿਲਾਫ ਚੁਗਲੀ ਕੀਤੀ ਤੇ ਸਰਕਾਰੀ ਅਧਿਕਾਰੀਆਂ ਨੇ ਮੇਰੇ ਨਾਮ ਧਾਟੂ ਹਾਈ ਦਾ ਇਲਜ਼ਾਮ ਲਾ 50000 ਵਸੂਲੀ ਦਾ ਸਰਕਾਰੀ ਕਲੇਮ ਪੇਜ ਦਿੱਤਾ ਮੈਂ ਲੁਕਦਾ ਫਿਰਾ ਇੱਕ ਦਿਨ ਮੇਰੀ ਮਾਂ ਨੇ ਆਖਿਆ ਕਾਕਾ ਪੁਲਿਸ ਵਾਲੇ ਸਾਨੂੰ ਰੋਜ਼ ਪੁੱਛਦੇ ਪੁੱਛਾਉਂਦੇ ਨੇ ਫਿਰ ਖੱਜਲ ਖੁਆਰ ਕਰਨਗੇ ਜਾ ਜਾ ਕੇ ਪੁਲਸੀਆਂ ਦੇ ਮੱਥੇ ਲੱਗ ਤੇ ਦੇ ਲੈ ਕੇ ਗੱਲ ਨਵੇੜ ਮੈਂ ਪਿੰਡ ਦੇ 2 ਨੰਬਰਦਾਰਾਂ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਨੂੰ ਮਿਲਿਆ ਪਰ ਗੱਲ ਕਿਸੇ ਤਣਪਤਣ ਨਾ ਲੱਗੀ ਮੈਂ ਇੱਕ ਦਿਨ ਜਿਗਰਾ ਕੀਤਾ ਥਾਣੇਦਾਰ ਨੂੰ ਜਾ ਮਿਲਣ ਦਾ ਥਾਣੇਦਾਰ ਬੜਾ ਕੱਬਾ ਤੇ ਨਿਰਦਈ ਸੀ ਮੈਨੂੰ ਪਤਾ ਸੀ ਕਿ ਮੈਂ ਜਿਉਂ ਹੀ ਥਾਣੇ ਗਿਆ ਪਹਿਲਾਂ ਮੈਨੂੰ ਕੁਟਾਪਾ ਜਾੜੇਗਾ ਫਿਰ ਕੋਈ ਮੇਰੀ ਗੱਲ ਸੁਨੇਗਾ ਵੱਡੀ ਚੱਟੀ ਵੀ ਤਕੜੀ ਦੇਣੀ ਪਊ ਮੈਂ ਵੀ ਸੋਚ ਹੀ ਰਿਹਾ ਸੀ ਕਿ ਮੈਨੂੰ ਕਿਸੇ ਦੱਸਿਆ ਕਿਸੇ ਸਾਗੂ ਪਟਾਪ ਸਿੰਘ ਜੀ ਪਧਰੀ ਆ ਰਹੇ ਹਨ ਪਧਰੀ ਮਾਈ ਪਧਰੀ ਵਾਲੀ ਤੇ ਸੰਤ ਹਰਨਾਮ ਸਿੰਘ ਗੜਦੀ ਵਾਲਾ ਉਹ ਰਾਂਦੇ ਡੇਰੇ ਮੇਲਾ ਸੀ 사ਦੂ ਜੀ ਦਰਸ਼ ਨੇਰੇ ਸਨ ਮੈਂ ਚਾਦਰਾਂ ਬੰਨੀ ਹੀ ਜਾ ਮੱਥਾ ਟੇਕਿਆ 사ਤਗੁਰਾਂ ਪੁੱਛਿਆ ਜਵਾਨਾ ਕਿੱਥੋਂ ਜੀ ਸੂਰ ਸਿੰਘ ਤੋਂ ਕੋਈ ਗੱਲ ਕਰਨੀ ਹੈ ਜੀ ਸਾਡੇ ਘਰ ਚਰਨ ਪਾਉਣ ਦੀ ਕਿਰਪਾ ਕਰੋ ਜੀ ਸਾਧਗੁਰੂ ਜੀ ਨੇ ਮੈਨੂੰ ਸ਼ਰਾ ਸ਼ਰੀਅਤ ਦੀ ਵੀ ਕੋਈ ਗਾਲ ਨਾ ਪੁੱਛੀ ਮੇਰੇ ਦੇ ਘਰ ਆ ਗਏ ਫੁਰਮਾਨ ਲੱਗੇ ਘਰ ਤਾਂ ਜਾ ਨਹੀਂ ਸਕਣਾ ਸੜਕ ਤੇ ਖਲੋਵੀ ਤੇਰੇ ਪਿੰਡ ਹੋ ਕੇ ਲੰਗਾਗੇ ਮੈਂ ਖੁਸ਼ੀ ਖੁਸ਼ੀ ਘਰ ਆਇਆ ਘਰ ਵਾਲਿਆਂ ਤੇ ਮਿੱਤਰ ਚਾਰੀ ਨੂੰ ਸਾਧਗੁਰਾਂ ਦੇ ਪਿੰਡ ਆਉਣ ਦੀ ਗੱਲ ਦੱਸੀ ਸੜਕ ਤੇ ਹੀ ਚੰਡੋਆ ਤਾਂਣ ਮੰਝਾ ਵਿਛਾ ਦਿੱਤਾ ਦੂਰ ਦੂਰ ਤੱਕ ਦੋਵੇਂ ਪਾਸੀ ਪਾਣੀ ਤਰੋਂਕ ਦਿੱਤਾ ਥਾਣਾ ਵੀ ਕੋਲੀ ਸੀ ਥਾਣੇਦਾਰ ਨੇ ਵੇਖ ਕੇ ਬੰਦਾ ਭੇਜਿਆ ਕਿ ਜਾਓ ਪਤਾ ਕਰੋ ਅਰੂੜ ਸਿੰਘ ਕੀ ਪਖੰਡ ਕਰ ਰਿਹਾ ਹੈ ਇਸ ਤੋਂ ਪਹਿਲੋਂ ਕਿ ਉਹ ਬੰਦਾ ਮੈਨੂੰ ਕੁਝ ਪੁੱਛਦਾ ਸਤਗੁਰਜੀ ਸਿੱਖ ਸੇਵਕਾ ਸਮੇਤ ਆ ਪਹੁੰਚੇ ਥਾਣੇਦਾਰ ਜਾਣਦਾ ਸੀ ਜਾਂ ਨਹੀਂ ਪਰ ਅਦਬ ਲਈ ਥਾਣੇੋਂ ਨਿਕਲ ਆਇਆ ਬੂਟ ਲਾ 5 ਰੁਪਏ ਦਾ ਨੋਟ ਚਰਨਾ ਚ ਰੱਖ ਪੂਰੇ ادب ਸਤਕਾਰ ਨਾਲ ਮੱਥਾ ਟੇਕਿਆ ਸੱਚੇ ਬਾਸ਼ਾ ਮੰਜੇ ਕੋਲ ਖਲੋਤੇ ਥਾਣੇਦਾਰ ਨਾਲ ਬਚਨ ਬिलास ਕਰਨ ਲੱਗੇ ਅਖੀਰ ਤੇ ਬਚਨ ਕੀਤਾ ਤੁਹਾਡੀ ਡਿਊਟੀ ਬੜੀ ਹੋਰ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਮਾਰਕੁੱਟ ਵੀ ਕਰਦੇ ਹੋ ਵੇਖਿਓ ਗਰੀਬ ਮਾਰਨਾ ਘਰਿਓ ਸੰਭਲ ਕੇ ਮਾੜਿਆ ਨਾਲ ਵਰਤਿਆ ਕਰੋ ਸਾਧਗੁਰ ਜੀ ਆਪਣੇ ਪ੍ਰੋਗਰਾਮ ਅਨੁਸਾਰ ਅਗਾਹ ਚਲੇ ਗਏ ਪਰ ਥਾਣੇਦਾਰ ਤੇ ਪਤਾ ਨਹੀਂ ਕੀ ਜਾਦੂ ਕਰ ਗਏ ਥਾਣੇਦਾਰ ਨੇ ਮੈਨੂੰ ਥਾਣੇ ਜੱਦ ਲਿਆ ਨਾ ਲੀ ਮੁਹਰਰ ਨੂੰ ਬੁਲਾ ਲਿਆ ਤੇ ਮੇਰੇ ਕਾਗਜ਼ ਲੈਣ ਲਈ ਆਖਿਆ ਕੁਝ ਲਿਖਾ ਪੜੀ ਕੀਤੀ ਤੇ ਮੈਨੂੰ ਆਖ ਲਗਾ ਅਰੂੜ ਸਿੰਘਾ ਜਾ ਪਰਵਾ ਨਾ ਕਰੀ ਤੇਰੀ ਵਾਹ ਵਾਲ ਨਹੀਂ ਕੋਈ ਚ ਤੇਰੀ ਵਾਹ ਵਾਲ ਨਹੀਂ ਕੋਈ ਜਾਗਦਾ ਅਰੂੜ ਸਿੰਘਾ ਜਾ ਪਰਵਾ ਨਾ ਕਰੀ ਤੇਰੀ ਵਾਹ ਵਾਲ ਨਹੀਂ ਕੋਈ ਜਾਗਦਾ ਇਸ ਤੋਂ ਵੱਡੀ ਜਾਰਾ ਕਰਾਮਾਤ ਹੋਰ ਹੋ ਹੀ ਕੀ ਸਕਦੀ ਹੈ ਸਾਰੇ ਆਕ ਲਈਏ ਤਾਂ ਸੇ ਸਾਧਗੁਰੂ ਪਟਾਪ ਸਿੰਘ ਜੀ ਤਾਂ ਸੇ ਸਾਧਗੁਰੂ ਜਗਜੀਤ ਸਿੰਘ ਜੀ ਉਹਨਾਂ ਦੇ ਚਰਨਾਂ ਵਿੱਚ ਸਾਡੀ ਅਨੇਕਾਂ ਮਾਰੀ ਦੰਡੋ ਬੰਦਨਾ ਹੈ